ਤਤਰੀਆ ਕਾਲ ਦੀ ਮਾ ਗੁਰਪੀ ਡਬੜੀ ਕਾਲਨਾ ਝੋਨੇ ਦੀ ਬੈਕਟੀਰੀਅਲ ਲੀਫ ਬਲਾਈਟ ਫੰਗਸ ਬਹੁਤ ਹੀ ਜ਼ਿਆਦਾ ਨੁਕਸਾਨ ਕਰ ਦਿੰਦੀ ਹੈ ਜੇਕਰ ਇਹਦਾ ਤਕੜਾ ਹੱਲਾ ਖੇਤ ਦੇ ਉੱਤੇ ਹੋ ਜਾਵੇ ਕਿਸਾਨ ਭਰਾ ਇਸ ਫੰਗਸ ਨੂੰ ਕੰਟਰੋਲ ਕਰਨ ਲਈ 750 ਤੋਂ ਲੈ ਕੇ 800 ਰੁਪਏ ਪ੍ਰਤੀ ਏਕੜ ਖਰਚ ਕੇ ਮਹਿੰਗੇ ਮਹਿੰਗੇ ਰਸਾਇਣਕ ਫੰਗੀਸਾਈਡ ਆਪਣੀਆਂ ਫਸਲਾਂ ਉੱਤੇ ਛਿੜਕਦੇ ਆਂ ਕਈ ਵਾਰੀ ਨਤੀਜਾ ਮਿਲ ਜਾਂਦਾ ਕਈ ਵਾਰੀ ਨਤੀਜਾ ਨਹੀਂ ਮਿਲਦਾ ਪਰ ਖਰਚਾ ਜਿਹੜਾ ਹੈਗਾ ਉਹ ਕਿਸਾਨ ਦਾ ਹੋ ਜਾਂਦਾ ਇਸ ਵੀਡੀਓ ਰਾਹੀਂ ਆਪਾਂ ਤੁਹਾਡੇ ਨਾਲ ਇੱਕ ਫਾਰਮੂਲਾ ਸਾਂਝਾ ਕਰਨ ਲੱਗੇ ਆਂ ਇਸ ਫਾਰਮੂਲੇ ਨੂੰ ਤਜਰਬੇ ਦੇ ਤੌਰ ਤੇ ਇੱਕ ਏਕੜ ਰੱਖਵੇ ਤੇ ਆਪਾਂ ਵਰਤਣਾ ਇੱਕ ਤੋਂ ਦੋ ਦਿਨਾਂ ਦੇ ਅੰਦਰ ਅੰਦਰ ਤਜਰਬੇ ਦੇ ਰਿਜ਼ਲਟ ਮਿਲ ਜਾਣਗੇ ਉਸ ਤੋਂ ਬਾਅਦ ਅਸੀਂ ਰਿਜ਼ਲਟਾਂ ਦੇ ਆਧਾਰ ਤੇ ਖੁਦ ਫੈਸਲਾ ਕਰਾਂਗੇ ਕਿ ਇਹ ਜਿਹੜਾ ਫਾਰਮੂਲਾ ਇੱਕ ਕਾਮਯਾਬ ਹੈ ਕਿ ਨਾਕਾਮਯਾਬ ਇਸ ਨੂੰ ਅਪਣਾ ਲੈਣਾ ਚਾਹੀਦਾ ਕਿ ਇਸ ਨੂੰ ਛੱਡ ਦੇਣਾ ਚਾਹੀਦਾ ਬੈਕਟੀਰੀਅਲ ਲੀਫ ਬਲਾਈਟ ਨਾਮ ਤੋਂ ਹੀ ਧਿਆਨ ਚ ਆ ਜਾਂਦਾ ਹੈ ਕਿ ਇਹ ਝੋਨੇ ਦੀ ਫਸਲ ਨੂੰ ਬੈਕਟੀਰੀਆ ਤੋਂ ਲੱਗਣ ਵਾਲੀ ਫੰਗਸ ਹੈ ਸੋ ਇਸ ਫੰਗਸ ਨੂੰ ਕੰਟਰੋਲ ਕਰਨ ਲਈ ਜਿਹੜਾ ਵੀ ਦੇਸੀ ਨੁਕਤਾ ਆਪਾਂ ਅਪਣਾਉਣਾ ਪਿਆਰ ਕਰਨਾ ਉਹਦੇ ਵਿੱਚ ਐਂਟੀਬਾਇਓਟਿਕ ਅਤੇ ਐਂਟੀਫੰਗਲ ਦੋਹੇ ਤਰ੍ਹਾਂ ਦੇ ਗੁਣ ਹੋਣੇ ਲਾਜ਼ਮੀ ਹੈ ਇਹੀ ਚੀਜ਼ ਦਿਮਾਗ ਚ ਰੱਖਦੇ ਆ ਮੈਂ ਦੋ ਚੀਜ਼ਾਂ ਚੁਣੀਆਂ ਦੇਸੀ ਨੁਕਤੇ ਲਈ ਬੈਕਟੀਰੀਅਲ ਲੀਫ ਬਲਾਈਟ ਦੇ ਕੰਟਰੋਲ ਵਾਸਤੇ ਪਹਿਲੀ ਚੀਜ਼ ਹੈਗੀ ਆ ਚਿੱਟੀ ਫਟਕੜੀ ਤੇ ਦੂਸਰੀ ਹੈਗੀ ਆ ਪਿਓਰ ਹਲਦੀ ਦਾ ਪਾਊਡਰ ਹੁਣ ਆਪਾਂ ਕਰਨਾ ਕੀ ਆ ਇਹ ਚੀਜ਼ ਨੋਟ ਕਰ ਲਈਏ ਪ੍ਰਤੀ ਏਕੜ 6 ਲੀਟਰ ਪਾਣੀ ਦੇ ਵਿੱਚ 300 ਗ੍ਰਾਮ ਪੀਸੀ ਹੋਈ ਫਟਕੜੀ ਤੇ 200 ਗ੍ਰਾਮ पीसी ਹੋਈ ਪ्योर ਹਲਦੀ ਚੰਗੀ ਤਰ੍ਹਾਂ ਮਿਕਸ ਕਰ ਲੈਣੀ ਆ ਫੈਂਟ ਫੈਂਟ ਕੇ ਇਦਾਂ ਹੁਣ ਤੁਹਾਡਾ ਉਲੀ ਨਾਸ਼ਕ ਘੋਲ ਤਿਆਰ ਹੋ ਗਿਆ ਇਸ ਘੋਲ ਨੂੰ 16 16 ਲੀਟਰ ਵਾਲੇ 6 ਜਾਂ 25 25 ਲੀਟਰ ਵਾਲੇ 4 ਪੰਪਾਂ ਚ ਵੰਡ ਕੇ ਮਤਲਬ 100 ਲੀਟਰ ਪਾਣੀ ਚ ਮਿਲਾ ਕੇ ਪਿਛਲੇ ਪੈਰ ਸ਼ਾਮ ਦੇ ਸਮੇਂ ਤੁਸੀਂ ਆਪਣੀ 1 ਏਕੜ ਫਸਲ ਦੇ ਉੱਤੇ ਸਪਰੇਅ ਕਰਨਾ ਸਪਰੇਅ ਕਰਨ ਤੋਂ 1-2 ਦਿਨਾਂ ਦੇ ਅੰਦਰ-ਅੰਦਰ ਤੁਹਾਨੂੰ ਇਹਦੇ ਨਤੀਜੇ ਪ੍ਰਾਪਤ ਹੋ ਜਾਣਗੇ ਮੈਨੂੰ 100% ਯਕੀਨ ਹੈ ਕਿ ਨਤੀਜੇ ਚਮਤਕਾਰੀ ਹੋਣਗੇ ਤੇ ਤੁਹਾਡਾ ਜਿਹੜਾ ਹੈਗਾ ਬੈਕਟੀਰੀਅਲ ਲੀਫ ਬਲਾਈਟ ਜਿਹੜਾ ਰੋਗ ਹੈਗਾ ਝੋਨੇ ਦਾ ਉਹਦੇ ਤੋਂ ਤੁਹਾਨੂੰ ਤੁਰੰਤ ਛੁਟਕਾਰਾ ਮਿਲ ਜਾਵੇਗਾ ਹੁਣ ਜੇ ਇਹ ਫਾਰਮੂਲਾ ਆਪਣਾ ਕਾਮਯਾਬ ਹੁੰਦਾ ਕੰਮ ਕਰਦਾ ਤਾਂ ਤੁਹਾਡੇ 70-80 ਰੁਪਏ ਪ੍ਰਤੀ ਏਕੜ ਖਰਚਾ ਆ ਰਹੇ ਆ ਬੈਕਟੀਰੀਅਲ ਲੀਫ ਬਲਾਈਟ ਨੂੰ ਕੰਟਰੋਲ ਕਰਨ ਵਾਸਤੇ ਤੇ ਉਧਰ ਆਉਂਦਾ 750 ਤੋਂ 800 ਰੁਪਿਆ ਪ੍ਰਤੀ ਏਕੜ ਬੈਕਟੀਰੀਅਲ ਲੀਫ ਬਲਾਈਟ ਨੂੰ ਕੰਟਰੋਲ ਕਰਨ ਵਾਸਤੇ ਖਰਚ ਹੁਣ ਫੈਸਲਾ ਤੁਸੀਂ ਕਰਨਾ ਕਿ ਇਹ ਤਜਰਬਾ ਕਰਕੇ ਤੁਸੀਂ 70-80 ਰੁਪਏ ਦੇ ਵਿੱਚ ਆਪਣਾ ਕੰਮ ਚਲਾਉਣਾ ਕਿ 7-800 ਰੁਪਏ ਦੇ ਵਿੱਚ ਆਪਣਾ ਕੰਮ ਚਲਾਉਣਾ ਮੈਨੂੰ 100% ਯਕੀਨ ਹੈ ਕਿ ਜੇਕਰ ਇਸ ਕੋਲ ਦੀ ਤੁਸੀਂ ਇੱਕ ਜਾਂ ਲੋੜ ਅਨਸਾਰ ਦੋ ਸਪ੍ਰੈਆਂ ਕਰ ਦਿੰਨੇ ਹੋ ਤਾਂ ਤੁਹਾਡਾ ਜਿਹੜਾ ਬੈਕਟੀਰੀਅਲ ਲੀਫ ਬਲਾਈਟ ਤੋਂ ਤੁਰੰਤ ਛੁਟਕਾਰਾ ਹੋਵੇਗਾ ਤੇ ਆਖਿਰ ਦੇ ਵਿੱਚ ਜਿਹੜੀ ਗੱਲ ਮੈਂ ਜ਼ਰੂਰੀ ਕਹਿਣਾ ਚਾਹੁੰਦਾ ਉਹ ਇਹ ਆ ਕਿ ਲਗਾਤਾਰ ਤੇ ਜ਼ਿਆਦਾ ਪਾਣੀ ਖੜਾ ਨਾ ਰੱਖੋ ਝੋਨੇ 'ਚ ਫਸਲ ਨੂੰ ਵਾਧੇ ਵਿਕਾਸ ਲਈ ਸੱਲ ਚਾਹੀਦੀ ਆ ਪਾਣੀ ਨਹੀਂ ਚਾਹੀਦਾ ਉਹਨਾਂ 'ਕ ਪਾਣੀ ਦਿਓ ਜਿਹਦੇ ਨਾਲ ਸੱਲ ਬਣੀ ਰਹੇ ਪਰ ਖੇਤ ਦੇ ਵਿੱਚ ਚਿੱਕੜ ਛੱਪੜ ਲਾ ਕੇ ਨਾ ਰੱਖੋ ਇਹ ਬਹੁਤ ਜ਼ਰੂਰੀ ਆ ਆਸ ਕਰਦਾ ਇਹ ਸਾਰੀ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਸਿੱਧ ਹੋਵੇਗੀ ਜੇ ਵੀਡੀਓ ਲੱਗੀ ਆ ਠੀਕ ਤਾਂ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਅਗਲੇ ਵੀ ਨਹੀਂ ਪੜਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ